ਕਦਾ ਮੇਲਾ ਜੀਵਨ ਸਾਰਾ ਮੇਲਾ ਦੁਨੀਆਦਾਰੀ ਛੱਡ ਕੇ ਹੁਣ ਤਾਂ ਦੁਨੀਆਦਾਰੀ ਛੱਡ ਕੇ ਹੁਣ ਤਾਂ ਖੁਸ਼ੀਆਂ ਦੇ ਵਿੱਚ ਝੂਮ ਕੇ ਗਏ ਉਹ ਮੇਰੇ ਤਾਂ ਸਤਿ ਸ਼੍ਰੀ ਅਕਾਲ ਓਮ ਸ਼ਾਂਤੀ ਖੁਸ਼ੀਆਂ ਖੇੜੇ ਸਾਡੇ ਵੇੜੇ 'ਚ ਮੈਂ ਸਤਨਾਮਕੌਰ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਕਹਿੰਦੇ ਨੇ ਪਰਮਾਤਮਾ ਹਰੇਕ ਨੂੰ ਕੁਛ ਨਾ ਕੁਝ ਹੁਨਰ ਦੇ ਕੇ ਜ਼ਰੂਰ ਪੇਜਦਾ ਹੈ ਲੇਕਿਨ ਬਹੁਤ ਕਾਟ ਲੋਕ ਹੁੰਦੇ ਨੇ ਜੋ ਇਹ ਹੁਨਰ ਨੂੰ ਪਛਾਨ ਪਾਉਂਦੇ ਨੇ ਔਰ ਉਸ ਹੁਨਰ ਨਾਲ ਨਾਮ ਹੀ ਨਹੀਂ ਕਮਾਉਂਦੇ ਬਲਕਿ ਉਹਨੂੰ ਸੇਵਾ 'ਚ ਵੀ ਲਗਾਉਂਦੇ ਨੇ ਸਾਡੇ ਵਿੱਚ ਅੱਜ ਜੋ ਦੋ ਕਲਾਕਾਰ ਮੌਜੂਦ ਨੇ ਉਹਨਾਂ ਨੇ ਨਾ ਕਿ ਆਪਣੇ ਹੁਨਰ ਨੂੰ ਪਛਾਨਿਆ ਬਲਕਿ ਉਸ ਹੁਨਰ ਨੂੰ ਸੇਵਾ ਦੇ ਵਿੱਚ ਵੀ ਲਗਾਇਆ ਜੀ ਹਾਂ ਜੋ ਸਾਡੀ ਪਹਿਲੇ ਕਲਾਕਾਰ ਨੇ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਉਹ ਪੰਜਾਬ ਦੀ ਬਹੁਤ ਹੀ ਫੇਮਸ ਹਸਤੀ ਜਿਨ੍ਹਾਂ ਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ 40 ਸਾਲ ਤੋਂ ਐਕਟਿੰਗ ਚ ਹੈਗੇ ਨੇ ਮੇਨ ਮਿੱਤਰ ਜੀ ਈ ਉਹਨਾਂ ਦਾ ਇੱਕ ਵਾਰ ਸਵਾਗਤ ਕਰਦੇ ਹਾਂ ਓਮ ਸ਼ਾਂਤੀ ਓਮ ਸ਼ਾਂਤੀ ਜੀ ਸਾਡੇ ਦੂਸਰੇ ਕਲਾਕਾਰ ਜੋ ਕਿ ਬਹੁਤ ਵੱਡੇ ਸਿੰਗਰ ਨੇ ਔਰ ਪਿਛਲੇ 15 ਸਾਲਾਂ ਤੋਂ ਬਾਬਾ ਦੇ ਗੀਤ गा ਰਹੇ ਨੇ ਇਹਨਾਂ ਨੇ ਬਹੁਤ ਵੱਡੇ ਵੱਡੇ ਬਾਲੀਵੁੱਡ ਸਿੰਗਰਸ ਨਾਲ ਕੰਮ ਕੀਤਾ ਹੋਇਆ ਜਿਵੇਂ ਕਿ ਆਸ਼ਾ ਬੋਸਲੇ ਅਲਕਾ ਯਾਗນິກ ਹੋਰ ਇਹੋ ਜੇ ਹੋਰ ਵੀ ਕਲਾਕਾਰਾਂ ਨਾਲ ਅੱਜ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ 'ਚ ਜੈ ਗੋਪਾਲ ਲੂਥਰਾ ਜੀ ਮੇਰੇ ਸਰ ਪਰ ਰੱਖ ਕਰ ਹਾਂ तुमने अपने वरदानी दिल और नहीं कुछ चाहे अब वो बाबा ये आपने कैसा जादू फेरा है वो मेरा बाबा है वो मेरा बाबा है बाबा जब तू मां जी मेरा तू मेरा हमरा है भरमानों की भीड़ नहीं मेरी हर श्वास करती है तेरा गुणगान ओ बाबा आइए उन्हें एक बार स्वागत करते हैं ओम शांति ओम शांति आज त दो कलाकार सडे प्रोग्राम च आई ने ते मैं अपना बहुत बड़ा सौभाग्य समझ रही हां कि दोवा दे नाल बैठी हां मैं ਤੁਸੀਂ ਕਲਾਕਾਰ ਹੋ ਇੱਕ ਔਰ ਐਕਟਿੰਗ ਲੈ ਨਾਲ ਜੁੜੇ ਹੋਏ ਹੋ ਠੀਕ ਹੈ ਜੀ ਇਹ ਜੋ ਦੁਨੀਆ ਹੈ ਇਹ ਬਹੁਤ ਅਲੱਗ ਹੈ ਇੱਕਦਮ ਔਰ ਹੋਣ ਤੁਸੀਂ ਅਧਿਆਤਮਿਕਤਾ ਨਾਲ ਜੁੜ ਗਏ ਹੋ ਠੀਕ ਹੈ ਜੀ ਇਹ ਦੋਵੇਂ ਦੁਨੀਆ ਬਿਲਕੁਲ ਅਲੱਗ-ਅਲੱਗ ਹੈ ਠੀਕ ਹੈ ਜੀ ਇਨ੍ਹਾਂ 'ਚ ਤੁਸੀਂ ਆਪਣੇ ਆਪ ਨੂੰ ਕਿਵੇਂ ਡਿਫਰੈਂਸ ਬੰਦੇ ਹੋ ਇਹ ਡਿਫਰੈਂਸ ਮੈਂ ਐ ਨਹੀਂ ਸਮਝਦਾ ਜੀ ਵੀ ਮੇਰਾ ਜਿਹੜਾ ਬਚਪਨ ਹੈ ਉਹ ਬੜਾ ਅਧਿਆਤਮਿਕ ਵਿੱਚ ਤੇ ਜੀ ਅਧਿਆਤਮਿਕ ਐ ਬੀਤੇ ਜੀ ਕਿ ਮੈਂ ਬੜਾ ਡਰੂ ਆਦਮੀ ਐ ਕਿਸ ਨੂੰ ਦੁੱਖਰੀ ਦੇ ਸਕਦਾ ਹਾਂਜੀ ਇਸਦਾ ਦੋਖਸਾ ਨਹੀਂ ਕਰ ਸਕਦਾ ਜੀ ਦੁਖਲਾ ਕਾਰਨ ਨਹੀਂ ਬਣ ਸਕਦਾ ਹੂੰ ਹੂੰ ਚੋਰੀ ਨਹੀਂ ਕਰ ਸਕਦਾ ਠੱਗੀ ਨਹੀਂ ਮਾਰ ਸਕਦਾ ਚੋਰੀ ਮੋੜ ਸਕਦਾ ਇਹ ਮੇਰੇ ਬਚਪਨ ਚ ਰਹੇ ਆ ਜੀ ਮੇਰੇ ਜੀ ਤੇ ਫਿਲਮਾਂ ਦੇ ਵਿੱਚ ਮੈਂ ਜਦੋਂ ਕਿ ਪਹਿਲਾਂ ਤਾਂ ਮੈਂ ਰਿਆ ਐਜ਼ ਅ ਐਡਵੋਕੇਟ ਰਿਆ ਉਦੋਂ ਪਰ ਟੀਚਰ ਵੀ ਰਿਆ ਹਾਂਜੀ ਤੇ ਜਦੋਂ ਮੈਂ ਟੀਚਰ ਸੀ ਉਦੋਂ ਪਹਿਲਾਂ ਜਦੋਂ ਮੈਂ ਸਕੂਲਾਂ 'ਚ ਸੀ ਉਦੋਂ ਮੈਂ ਰਾਮਲੀਲੇ ਦੇ ਵਿੱਚ ਰੋਲ ਕਰਦਾ ਹੁੰਦਾ ਸੀ ਕਮੇਡੀ ਦਾ ਹੂੰ ਤੇ ਮੈਨੂੰ ਕਿ ਮੇਰੇ ਬਬਸਨ ਸੀ ਹਾਂਜੀ ਤੇ ਮੈਂ ਚਾਹੁੰਦਾ ਸੀ ਮੈਂ ਐਕਟਿੰਗ ਕਰਾਂ ਜੀ ਤੇ ਆਪ ਸਾਦਾ ਜਦੋਂ ਮੈਂ ਐਡਵੋਕੇਟ ਬਣਿਆ ਐਡਵੋਕੇਟ ਬਣਦੇ ਬਾਅਦ ਮੈਨੂੰ ਕੁਝ ਚੰਗੀ ਲੱਗੀ ਤੇ ਫਿਰ ਮੈਂ ਫਿਲਮਾਂ 'ਚ ਆ ਗਿਆ ਫਿਲਮਾਂ 'ਚ ਆ ਕੇ ਮੈਂ ਦੇਖਿਆ ਵੀ ਫਿਲਮਾਂ ਤਾਂ ਬਹੁਤ ਕੰਮ ਖਰਾਬ ਹੈ ਅੱਛਾ ਇੱਥੇ ਆਦਮੀ ਕੋਈ ਵੀ ਖਰਾਬ ਹੋ ਸਕਦਾ ਹੈ ਜੀ ਬਿਲਕੁਲ ਤੇ ਮੈਂ ਮੈਂ ਕਿਹਾ ਵੀ ਮੈਂ ਤਾਂ ਇੱਕ ਆਜ਼ਾਦ ਮਕਾਦਮੀ ਆਦਮੀ ਐ ਮੈਨੂੰ ਇਹ ਲਾਈਨ ਪਸੰਦ ਨਹੀਂ ਪਰ ਮੈਨੂੰ ਐਟਿੰਗ ਬਹੁਤ ਪਸੰਦ ਸੀ ਇਸ ਵਾਸਤੇ ਮੈਂ ਉਹ ਐਡਵੋਕੇਸੀ ਛੱਡ ਕੇ ਫਿਲਮ ਲੈ ਚ ਆਇਆ ਔਰ ਮੈਂ ਸੋਚਿਆ ਕਿ ਮੈਂ ਇਹਦਾ ਮੁਕਾਬਲਾ ਕਰਾਂਗਾ ਔਰ ਸੱਚਾ ਰਹਾਂਗਾ ਅਧਿਆਤਮਿਕ ਰਹਾਂਗਾ ਹੁਣ ਜਦੋਂ ਤੁਸੀਂ ਅਧਿਆਤਮਿਕਤਾ ਨਾਲ ਜੁੜ ਗਏ ਹੋ ਤੇ ਆਪਣੇ ਆਪ ਨੂੰ ਤੁਸੀਂ ਕੀ ਚੇਂਜਸ ਦੇਖਦੇ ਹੋ ਆਪਣੇ ਅੰਦਰ ਕਿ ਪਹਿਲਾਂ ਦਾ ਜੋ ਮੇਨ ਮਿੱਤਰ ਸੀ ਔਰ ਹੁਣ ਦਾ ਜੋ ਮੇਨ ਮਿੱਤਰ ਹੈ ਉਹਦੇ ਵਿੱਚ ਕੀ ਫਰਕ ਦੇਖਦੇ ਹੋ ਉਹ ਫਰਕ ਮੈਂ ਥੋੜਾ ਜਿਹਾ ਤਾਂ ਨਹੀਂ ਸਮਝਦਾ ਜੀ ਕਿ ਜਿਹੜੇ ਆਦਮੀ ਦਾ ਅਧਿਆਤਮਿਕਾ ਹੋਏ ਉਹ ਸਿਰਫ ਐਕਟਿੰਗ ਤਾਂ ਜ਼ਰੂਰੀ ਹੈ ਵੀ ਮੈਨੂੰ ਨਾਈਟਿੰਗ ਕੀਤੀ ਲੜਕੀਆਂ ਨੇ ਨਾਈਟਿੰਗ ਕੀਤੀ ਪਰ ਜਦੋਂ ਮੈਂ ਐਕਟਿੰਗ ਕਰਕੇ ਚੁੱਕਦਾ ਸੀ ਨਾ ਉਦੋਂ ਰੀਅਲੀ ਆਈ ਵਾਸ ਵੀ ਮੈਂ ਸਮਝਾ ਸੀ ਵੀ ਮੈਂ ਘਰੇਲੂ ਆਦਮੀ ਆ ਮੈਂ ਚੁੱਪਚਾਪ ਕਰ ਜਾਂਦਾ ਸੀ ਹਾਲਾਂਕਿ ਲੋਕਾਂ ਨੂੰ ਇਹ ਮੇਰੇ ਨਹੀਂ ਸੀ ਵੀ ਮਿੱਤਰ ਘਰ ਜਾਂਦਾ ਹੋਊਗਾ ਕਿਉਂਕਿ ਲੋਕਾਂ ਨੂੰ ਤਾਂ ਲੱਗਦੀ ਹੈ ਵੀ ਸ਼ਾਇਦ ਪੁਰਕੀ ਦੋਸ਼ ਹੀ ਪੈਗੀ ਕਿ ਉਹਨਾਂ ਨਾਲ ਰਿਲੇਸ਼ਨ ਬਣਾ ਹੋ ਗਏ ਪਰ ਨਹੀਂ ਫਿਲਮਾਂ 'ਚ ਇਹ ਗੱਲ ਜ਼ਰੂਰੀ ਨਹੀਂ ਤੇ ਮੈਂ ਐਕਟਿੰਗ ਕੀਤੀ ਮੈਂ ਜਾਣਦੇ ਹੀ ਵੈਜੀਟੇਰੀਅਨ ਬਣ ਗਿਆ ਜੀ ਆਂਡਾ ਮੀਟ ਸ਼ਰਾਬ ਪਰਮਾਜ਼ੋ ਡਰ ਕੇ ਸਭ ਛੱਡਦਾ ਕੰਪਲੀਟਲੀ ਆਲ ਟੂਗੇਦਰ ਐਨੇ ਮੈਂ ਬੈਲਜੀਅਮ ਹਾਲੈਂਡ ਇਟਲੀ ਫਰਾਂਸ ਕੈਨੇਡਾ ਅਮਰੀਕਾ ਮਨ ਕੋਈ ਕੰਟਰੀ ਛੱਡਿਆ ਨਹੀਂ ਮਹੀਨਾ ਮਹੀਨਾ ਵੀ ਰਿਹਾ ਦੋ ਦੋ ਮਹੀਨੇ ਵੀ ਰਿਹਾ ਮੈਂ ਔਖਾ ਵੀ ਹੋਇਆ ਪਰ ਮੈਂ ਉਹਨੂੰ ਤਿਆਗ ਕੀਤਾ ਔਰ ਮੈਂ ਉਹਦੇ ਕਹ ਰਿਹਾ ਮੇਰੇ ਤੁਹਾਡੀ ਜੋ ਵਿਲ ਪਾਵਰ ਸਟਰੋਂਗ ਹੋਈ ਹੈ ਬਹੁਤ ਹੋ ਜਾਂ ਮੈਂ ਬਹੁਤ ਬਹੁਤ ਆਪਣੇ ਖਾਂ-ਪੀਣ ਤੇ ਵੀ ਬਹੁਤ ਜ਼ਿਆਦਾ ਪਿਆ ਹੁੰਦਾ ਇਹ ਮੈਨੂੰ ਕੋਈ ਹਰਾ ਨਹੀਂ ਸਕਿਆ ਜੀ ਹਾਂਜੀ ਬਹੁਤ ਚੰਗੀ ਗੱਲ ਹੈ ਜੇ ਹੁਣ ਮੈਂ ਲੂਥਰਾ ਜੀ ਤੁਹਾਡੇ ਨਾਲ ਜੇ ਗੱਲ ਕਰਾਂ ਤੇ ਤੁਸੀਂ ਸਿੰਗਿੰਗ ਲਾਈਨ ਨਾਲ ਜੁੜੇ ਹੋਏ ਹੋ ਔਰ ਜੋ ਤੁਹਾਡਾ ਐਕਸਪੀਰੀਅੰਸ ਲਿਆ ਰਿਹਾ ਹੈ ਉਹ ਬਹੁਤ ਵੱਡੇ-ਵੱਡੇ ਕਲਾਕਾਰਾਂ ਨਾਲ ਤੁਸੀਂ ਸਿੰਗਿੰਗ ਕੀਤੀ ਹੋਈ ਹੈ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਹਬ ਤੇ ਪਹਿਲੇ ਬਾਬਾ ਦੇ ਨਾਲ ਜੁੜਨੇ ਦਾ ਤੁਹਾਨੂੰ ਮੈਂ ਥੋੜਾ ਜਿਹਾ ਐਕਸਪੀਰੀਅੰਸ ਸ਼ੇਅਰ ਕਰੂੰਗਾ ਹਾਂਜੀ ਕਿ ਪਰਮਾਤਮਾ ਜਦੋਂ ਕਿਸੇ ਦੀ ਜ਼ਿੰਦਗੀ ਬਦਲਦਾ ਹੈ ਹੂੰ ਤੋ ਇੱਕ ਸੈਕਿੰਡ ਚ ਬਦਲ ਦਿੰਦਾ ਹੈ ਹਾਂਜੀ ਸੈਕਿੰਡ ਦੇ ਵਿੱਚ ਦੇਖੋ 1936 ਚ ਬ੍ਰਹਮਾ ਬਾਬਾ satsang ਚ ਬੈਠੇ ਸੀਗੇ ਹੂੰ ਇੱਕ ਸੈਕਿੰਡ ਦੇ ਵਿੱਚ ਸਾਖਸ਼ਾਤਕਾਰ ਹੋਇਆ ਉਹਨਾਂ ਨੂੰ ਹੂੰ ਅੱਜ ਦੇਖੋ 150 ਕੰਟਰੀ ਤੋਂ ਉੱਪਰ ਲੋਕਾਂ ਨੂੰ ਰਿਲੀਫ ਸੁਖ ਸ਼ਾਂਤੀ ਪ੍ਰੇਮ ਆਨੰਦ ਦੀ ਅਨੁਭੂਤੀ ਹੋ ਰਹੀ ਹੈ ਜੀ ਤੋ ਇਸ ਤਰ੍ਹਾਂ ਹੀ ਬਾਬਾ ਨੇ ਵੀ ਮੇਰੇ ਨਾਲ ਇੱਕ ਚਮਤਕਾਰ ਕੀਤਾ ਕਿ ਆਫਿਸ ਦੇ ਵਿੱਚ ਮੈਂ ਬੈਠਾ ਸੀਗਾ ਇੱਕ ਮੈਨੂੰ ਪਰਚਾ ਮਿਲਿਆ ਉਹ ਤੇ ਜੀ ਬਾਬਾ ਦਾ ਪਰਚਾ ਸੀਗਾ ਉਹ ਅਸੀਂ ਪੜਿਆ ਕੁਝ ਅਫੀਸਰਸ ਲੈਵਲ ਸੀਗੇ ਸਾਡੇ ਨਾਲ ਇਕੱਠੇ ਹੋਏ ਅਸੀਂ अमाउंट ਆਬੂ ਦਾ ਚੱਕਰ ਲਗਾਇਆ ਹਾਂਜੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਵਾਕਈ ਸੀ ਜਿਹੜੀ ਜ਼ਿੰਦਗੀ ਪ੍ਰਾਣੀ ਜੀ ਰਹੇ ਆ ਉਹ ਬਹੁਤ ਹੀ ਗੰਦਗੀ ਭਰੀ ਹੈ ਤੇ ਇੱਥੇ ਆ ਕੇ ਇਹਨੇ ਸ਼ੀਸ਼ਾ ਜਿਵੇਂ ਦਿਖਾਉਂਦੇ ਨੇ ਕਿਸੇ ਨੂੰ ਵੀ ਤੁਸੀਂ ਰੀਅਲ ਸ਼ੀਸ਼ਾ ਦੇਖੋ ਤੁਸੀਂ ਕਿੰਨੇ ਸੋਹਣੇ ਹੋ ਕਿੰਨੇ ਗੰਦੇ ਹੋ ਜੀ ਸਹੀ ਪਛਾਣ ਤੁਹਾਨੂੰ ਆਪਣੀ ਅੱਖੇ ਇੱਥੇ ਮਿਲੀ ਅਸੀਂ ਇੱਥੇ ਪੇ ਮਿਲੀ ਉਸ ਤੋਂ ਬਾਅਦ ਕੀ ਕੀਤਾ ਸੀ ਆਪਣਾ ਜਿਵੇਂ ਸ਼ਿਵਰ ਖ ਪੂਰਾ ਹੁੰਦਾ ਹ ਹ ਆਪਾਂ ਵਾਪਸ ਗਏ ਆਪਣਾ ਚੰਡੀਗੜ੍ਹ ਦੇ ਵਿੱਚ ਮੈਂ ਰਹਿਣੇ ਵਾਲਾ ਜੀ ਤੇ ਉੱਥੇ ਜਾ ਕੇ ਸਾਨੂੰ ਅਚਲ ਦੀਦੀ ਨਾਲ ਇੰਟਰੋਡਕਸ਼ਨ ਹੋਈ ਦੁਬਾਰਾ ਫਿਰ ਉਹ ਤੋਂ ਕੋਰਸ ਸ਼ੁਰੂ ਕੀਤਾ ਹਾਂਜੀ ਤੇ ਬੇਸਿਕਲੀ ਮੇਰਾ ਸਿਵਲ ਦੇ ਨਾਲ ਮੈਂ ਗਵਰਨਮੈਂਟ ਸਰਵਿਸ ਚ ਕਰ ਰਹੇ ਹਤੇ ਹਾਂਜੀ ਤੇ ਉਹ ਦਿਨ ਮੇਰੇ ਪੁੱਛਿਆ ਗਿਆ ਤੁਸੀਂ ਕੀ ਕਰਦੇ ਹੋ ਮੈਨੂੰ ਕੁਝ ਕੰਮ ਦਿੱਤਾ ਗਿਆ ਵੀ ਤੁਸੀਂ ਕੁਝ ਕਰਨਾ ਹੈ ਜੀ ਤੇ ਮੈਨੂੰ ਇੱਕ ਲਿਫਟ ਬਣਾਈ ਮੈਂ ਉੱਥੇ ਇੱਕ ਡਿਜ਼ਾਈਨ ਸੋਚ ਰਹੀ ਸੀ ਮੈਂ ਐਕਸਟਰਨਲ ਜਿਹੜਾ ਉਹਦਾ ਡਿਜ਼ਾਈਨ ਮੈਂ ਕਿੱਦਾਂ ਕਰਾਂਗਾ ਹੂੰ ਹੂੰ ਤੇ ਮੈਨੂੰ ਇੱਕ ਥੌਟ ਸਿਸਟਮ ਚੱਲਿਆ ਵੀ ਇਹ ਜਿਹੜੀ ਬਾਬਾ ਦੀ ਕੁੱਟੀ ਹੈ ਜਾਂ ਪੰਡਪਾ ਵਿੱਚ ਕਿਉਂ ਨਾ ਉਹਦੀ ਲੁੱਕ ਦਿੱਤੀ ਜਾਵੇ ਹਾਂਜੀ ਤੇ ਮੈਂ ਜਲਦੀ ਦੀ ਨਾਲ ਦੁਬਾਰਾ ਡਿਸਕਸ ਕੀਤਾ ਵੀ ਮੈਂ ਵਾਪਸ ਜਾਣਾ ਚਾਹੁੰਦਾ ਵੀ ਮੈਂ ਉਹਦਾ ਡਿਜ਼ਾਈਨ ਵਾਪਸ ਲੈ ਕੇ ਆਉਂਗਾ ਮੈਂ ਜੀ ਫਿਰ ਪ੍ਰੋਪਰ ਉਹਦਾ ਮੈਂ ਡਿਜ਼ਾਈਨ ਦੇਖਿਆ ਤੇ ਲਿਫਟ ਦਾ ਜਿਹੜਾ ਐਕਸਟਰਨਲ ਜਿਹੜਾ ਪੋਰਸ਼ਨ ਹੈ ਉਹਨੂੰ ਹੂਬ ਹੂ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੂਬ ਦੇਖੋ ਡਿੱਟੋ ਤੇ ਕੋਈ ਨਹੀਂ ਬਣਾ ਸਕਦਾ ਬਿਲਕੁਲ ਕੋਸ਼ਿਸ਼ ਕੀਤੀ ਬਟ ਤੁਸੀਂ ਜੇ ਅਗਰ ਦੇਖੋਗੇ ਨਾ ਬਾਹਰੋਂ ਤੇ ਤੁਸੀਂ ਇਮੇਜਨ ਨਹੀਂ ਕਰ ਪਾਉਂਗੇ ਵੀ ਉਹ ਲਿਫਟ ਹੈ ਜਾਂ ਬਾਵਾਦੀ ਕੁੱਟੀ ਹੈ ਅੱਛਾ ਉਸ ਦੇ ਦੌਰਾਨ ਕਿਹਾ ਕਿ ਉਹਦਾ ਉਦਘਾਟਨ ਕਰਨਾ ਸੀ ਲਿਫਟ ਦਾ ਔਰ ਕੁਝ ਕਮਰੇ ਬਣਾਏ ਸੀ ਉਸ ਦੇ ਉੱਤੇ ਹਾਂਜੀ ਤੇ ਮੈਂ ਉਹਨੂੰ ਕੋਸ਼ਿਸ਼ ਜਲਦੀ ਜਲਦੀ ਕੰਪਲੀਟ ਕਰਨ ਦੀ ਕਰ ਰਿਹਾ ਸੀਗਾ ਤੇ ਮਨੂ ਅਚਲ ਦੀਦੀ ਨੇ ਕਿਹਾ ਕਹਿੰਦੇ ਵੀ ਥੋੜੇ ਤੁਸੀਂ 5-7 ਦਿਨ ਹੋਰ ਲੈ ਲਓ ਵੀ ਮਨੋਰ ਦਾਦੀ ਆ ਰਹੇ ਤੇ ਉਹ ਉਦਘਾਟਨ ਕਰਨਗੇ ਦੇ ਮੈਨੂੰ ਬੜਾ ਰੀਲਿਫ ਮਿਲ ਗਿਆ ਮੈਂ ਕਿਹਾ ਵੀ ਮੈਨੂੰ 5-7 ਦਿਨ ਹੋਰ ਮਿਲ ਗਏ ਹੂੰ ਉਹਦੇ ਦੌਰਾਨ ਕਿਹਾ ਕਿ ਅਸੀਂ ਬੜਾ ਪਬਲਿਸਿਟੀ ਹੋਈ ਵੀ ਮਰੂਰ ਦਾਦੀ ਆ ਰਹੇ ਜਿੰਨੇ ਵੀ ਛੋਟੇ ਛੋਟੇ ਸੈਂਟਰਾਂ ਦੇ ਚੀ ਸਭ ਸੈਂਟਰ ਗੀਤਾ ਪੜ ਚਲਾ ਉਹ ਸਾਰੀ ਪਬਲਿਕ ਜਿੰਨੇ ਭਾਈ ਬੈਣ ਨਾ ਸਾਰੇ ਹਾਲ ਇਕੱਠੇ ਹੋ ਗਏ ਹੂੰ ਤੇ ਮੈਨੂੰ ਹਲਕਾ ਜਿਹਾ ਕਿਹਾ ਉਹਨਾਂ ਨੇ ਵੀ ਕਹਿੰਦੇ ਕੁਝ ਤੁਸੀਂ ਵੀ ਬੋਲੋ ਮੈਂ ਤੇ ਕਦੀ ਉਹ ਸਟੇਜ ਤੇ ਖੜਾ ਵੀ ਨਹੀਂ ਹੋਇਆ ਹਾਂ ਹਾਂਜੀ ਕਹਿੰਦੇ ਕਈ ਵਾਰੀ ਇੱਕ ਚੁਟਕਲਾ ਬੰਡਾਇਆ ਉਹਨਾਂ ਲੋਕਾਂ ਦੀ ਠੰਡ ਚ ਟੰਗਾ ਕੰਬਦੀ ਹੈ ਸਾਨੂੰ ਸਟੇਜ ਤੇ ਖੜਾ ਹੋ ਕੇ ਡੰਗਾ ਕੰਬਦੀ ਸੀਗੀ ਉਹ ਹਾਲਾਤ ਹੋਇਆਵੇ ਸਾਡਾ ਤੇ ਮਨ ਨੂੰ ਕੁਝ ਮੈਂ ਆਪਣਾ ਹਲਕਾ ਜਿਹਾ ਇੱਕ ਲੈਣਾ ਗੁੰਗੁਨਾਤੀ ਹੈ ਅੱਛਾ ਲੈਣਾ ਜਦੋਂ ਗੁੰਗੁਨਾਈਆਂ ਤੇ ਜਦੋਂ ਪ੍ਰੋਗਰਾਮ ਖਤਮ ਹੋਇਆ ਸਭ ਨੇ ਬੜਾ ਐਪਰੀਸ਼ੀਏਟ ਕੀਤਾ ਇੰਟਰਨਲੀ ਮੈਂ ਸੋਚ ਰਹੀ ਸੀ ਮਨ ਤੋਂ ਕੁਝ ਆਂਦਾ ਨਹੀਂ ਹੈ ਇਹਦੇ ਬਾਰੇ ਮਤਲਬ ਇਸ ਤੋਂ ਪਹਿਲਾਂ ਤੁਸੀਂ ਸਿੰਗਿੰਗ ਕਦੀ ਨਹੀਂ ਕੀਤੀ ਕਦੀ ਵੀ ਨਹੀਂ ਕੀਤੀ ਸੀ ਆ ਨੈਵਰ ਕਦੀ ਵੀ ਨਹੀਂ ਸੋਚਿਆ ਮੇਰੇ ਤੁਹਾਨੂੰ ਵੀ ਨਹੀਂ ਸੀ ਪਤਾ ਕਿ ਤੁਹਾਡੇ ਅੰਦਰ ਇਹ ਹੁਨਰ ਹੈ ਹਾਂ ਦੇਖੋ ਨਾ ਗੁਣ ਸਾਰਿਆਂ ਚ ਹੈਗੇ ਨੇ ਹਾਂਜੀ ਕਿਸੇ ਥੋੜੇ ਜਾਂ ਕਿਸੇ ਜ਼ਿਆਦਾ ਕੁਆਲਿਟੀ ਸਭ ਚ ਹੈਗੀ ਹੈ ਹਮ ਪਰ ਮੇਰੇ ਚ ਭਰੀ ਵੀ ਸੀ ਮੈਨੂੰ ਪਤਾ ਹੀ ਨਹੀਂ ਸੀਗਾ ਇੱਥੇ ਆ ਕੇ ਪਤਾ ਲੱਗਿਆ ਹਾਂਜੀ ਤੇ ਜਦੋਂ ਐਪਰੀਸ਼ੀਏਸ਼ਨ ਸ਼ੁਰੂ ਮਿਲੇ ਆ ਦੇਖੋ ਕਿਸੇ ਕੋਈ ਵੀ ਕੰਮ ਕਰਾਉਣਾ ਹੋਵੇ ਉਹਨੂੰ ਥੋੜਾ ਉਹਦੀ ਮਹਿਮਾ ਕਰਨੀ ਬੜੀ ਜ਼ਰੂਰੀ ਹੈ ਵੀ ਤੁਸੀਂ ਬੜੇ ਅੱਛੇ ਹੋ ਉਹਦੇ ਵਿੱਚ ਕੁਆਲਿਟੀ ਫਿਰ ਨਿਕਲ ਕੇ ਬਾਹਰ ਆਂਦੀ ਦੇ ਉਹ ਹੀ ਐਪਰੀਸ਼ੀਏਸ਼ਨ ਮਨੂੰ ਮਿਲਿਆ ਮਨੂੰ ਪਤਾ ਲੱਗਿਆ ਵੀ ਮੈਂ ਕੁਝ ਹਾਂ ਇਹਦੇ ਵਿੱਚ ਹਾਂਜੀ ਕਲਾਸੀਕਲ ਸ਼ੁਰੂ ਕੀਤਾ ਸਿੱਖਣਾ ਤੋਂ ਅੱਛਾ ਬ੍ਰਹਮਾ ਕੁਮਾਰੀ ਆਸ਼ਰਮ ਜੁਆਇਨ ਕਰਨੇ ਤੋਂ ਬਾਅਦ ਅੱਛਾ ਤੇ ਉਸ ਤੋਂ ਬਾਅਦ ਮੈਨੇ ਫਿਰ ਕੁਆਲੀਫਿਕੇਸ਼ਨ ਸ਼ੁਰੂ ਆਪਣਾ ਕੀਤੀ ਆਪਣਾ ਫਸਟ ইয়ার ਸੈਕੰਡ ইয়ার ਫਿਰ ਵਿਸ਼ਾਰਤ ਕੰਪਲੀਟ ਕੀਤੀ ਪ੍ਰਵੀਨ ਫਸਟ ইয়ার ਸੈਕੰਡ ইয়ার ਕੰਪਲੀਟ ਕੀਤੀ ਅੱਛਾ ਤੇ ਉਸ ਤੋਂ ਬਾਅਦ 2.5 ਸਾਲਾਂ ਬਾਅਦ ਮਨੂੰ ਦੀਦੀ ਨੇ ਕਿਹਾ ਵੀ ਆਪਨਾ ਇੱਕ ਐਲਬਮ ਬਣਾਓ ਹਾਂ ਹਾਂ ਤੇ ਉਹ ਜੋ ਪਹਿਲੀ ਐਲਬਮ ਜਦੋਂ ਤੁਸੀਂ ਬਣਾਈ ਉਦੋਂ ਵੀ ਤੁਹਾਨੂੰ ਕੋਈ ਸੰਕਲਪ ਆਇਆ ਸੀ ਕਿ ਇਦਾਂ ਹੀ ਤੁਸੀਂ ਮਤਲਬ ਸ਼ੁਰੂ ਕਰਤੀ ਨਹੀਂ ਮੈਨੂੰ ਮੈਨੂੰ ਦੀਦੀ ਨੇ ਕਿਹਾ ਸੀਗਾ ਅੱਛਾ ਵੀ ਤੁਸੀਂ ਬਾਬਾ ਦੇ ਗੀਤ ਲਿਖੋ ਬੈਠੇ ਮਤਲਬ ਸਭ ਤੋਂ ਪਹਿਲਾਂ ਗੀਤ ਜੋ ਤੁਸੀਂ ਬਾਬਾ ਦਾ ਗਾਇਆ ਉਹ ਕਿਹੜਾ ਗੀਤ ਸੀ ਅਸੀਂ ਮੰਮਾ ਦਾ ਗੀਤ ਲਿਖਿਆ ਸੀ ਸਭ ਤੋਂ ਪਹਿਲੇ ਉਹ ਮੈਨੂੰ ਮੈਂ ਖੁਦ ਲਿਖਿਆ ਸੀਗਾ ਐਨਾ ਬਾਬਾ ਨਾਲ ਪਰਮਾਤਮਾ ਨਾਲ ਮੰਮਾ ਨਾਲ ਨਹੀਂ ਲੱਗਾ ਸੀ ਵੀ ਰਾਤ ਨੂੰ 2:30 ਵਜੇ ਉੱਠ ਕੇ ਨਾ ਅਸੀਂ ਅਖਬਾਰ ਦਾ ਪੇਪਰ ਲੈ ਕੇ ਨਾ ਪੈਨ ਲੈ ਕੇ ਅਸੀਂ ਲਿਖਣਾ ਸ਼ੁਰੂ ਕਰ ਦਿੰਦੇ ਸੀ ਕੁਝ ਨਾ ਕੁਝ ਵੀ ਕੋਈ ਨਵੀਂ ਚੀਜ਼ ਹੈ ਤੇ ਮਨ ਨੂੰ ਪਹਿਲੇ ਸੋਚਦਾ ਸੀ ਮੈਨੂੰ ਕੋ ਲਿਰਿਕਸ ਦੇ ਦੇ ਨਾ ਤੇ ਮੈਂ ਗੁੰਗੁਨਾ ਆਪਣੇ ਆਪ ਲੂੰਗਾ ਹਾਂਜੀ ਤੇ ਉਹ ਡਿਸਕਵਰੀ ਚ ਰਹਿੰਦੇ ਸੀਗੇ ਫਿਰ ਕਹਿੰਦੇ ਸੀ ਸਾਨੂੰ ਕੋਈ ਸਵਰ ਕੰਪੋਜੀਸ਼ਨ ਸੁਣਾ ਦੇ ਤੇ ਉਹ ਆਸ-ਆਸਾ ਕਰਦੇ ਕਰਦੇ ਨਾ ਟਾਈਮ ਬੀਤ ਗਿਆ ਤੇ ਕੋ ਤੇ ਮੈਂ ਲੈਣਾ ਸੁਣਾ ਦੇਣਾ ਦੀ ਹਾਂ ਹਾਂਜੀ ਬਿਲਕੁਲ ਉਹ ਮम्मा ਵੀ ਲੈਣਾ ਜੇ ਦਿਲ ਦਰਿਆ ਤੇ ਪਿਆਰ ਸਮੁੰਦਰ ਇਤਨਾ ਮਾਨੇ ਪਿਆਰ ਕੀਤਾ ਕਤਰਾ ਵੀ ਹਮ ਦੇ ਨਾ ਪਾਏ ਜਿਤਨਾ ਮਾਨੇ ਪਿਆਰ ਦਿਆ ਹੇ ਮਾ ਤੇਰੀ ਯਾਦ ਮੇ सारे ब्राह्मण आए हैं गीत तो एक बहाना है मां तुझसे मिलने आए बहुत ही मधुर जैसे मीरा कृष्ण दीवानी माँ भी शिव की दीवानी थी शब्दों में मैं कहना पाऊँ ऐसी अजब कहानी थी तेरे प्यार को याद करेगा जमाना भर जाएंगे आंखें सबकी जब भी याद में आओगी भर जाएंगे आंखें सबकी जब भी याद में आओगी प्यारी जगदम्बा न्यारी जगदम्बा तेरे प्यार को याद करेगा जमाना वेरी नाइस nice. बहुत सुंदर बहुत सुंदर एकदम दिल न छू वाला गाना है बहुत, 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 बहुत। ਤਾਂ ਗਾਣੇ ਵੈਸੇ ਸੁਣਦਾ ਕਰਦਾ ਹਾਂ। ਭਾਈ ਸਾਹਿਬ ਕਿਵੇਂ ਪਰਮਾਤਮਾ ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਅੰਦਰ ਕੀ ਹੋਣਾ ਰਿਹਾ ਔਰ ਉੱਪਰ ਵਾਲਾ ਪਛਾਨ ਲੈਂਦਾ ਹੈ ਔਰ ਉਹ ਪੂਰੀ ਦੁਨੀਆ ਤੱਕ ਪਹੁੰਚਾਉਂਦਾ ਹੈ ਔਰ ਸਾਨੂੰ ਵੀ ਨਹੀਂ ਪਤਾ ਹੁੰਦਾ ਸੇਵਾ ਹੋ ਰਹੀ ਹੈ ਔਰ ਸੇਵਾ ਸ਼ੁਰੂ ਹੋ ਜਾਂਦੀ ਹੈ। ਉਹਦੀ ਆਪਣੀ ਪਲੈਨਿੰਗ ਹੁੰਦੀ ਹੈ ਜੋ ਨਹੀਂ ਕਿ ਤੁਸੀਂ ਜਦੋਂ ਡਿਸਾਈਡ ਕੀਤਾ ਕਿ ਤੁਸੀਂ ਬ੍ਰਾਹਮਾ ਕੁਮਾਰੀ ਚ ਆਣਾ ਹੈ ਤੇ ਉਹ ਕਿਹੜੀ ਗੱਲ ਸੀ ਜੋ ਤੁਹਾਨੂੰ ਬਹੁਤ ਚੋ ਗਈ ਮੇਰੀ ਲੜਕੀ ਪਹਿਲਾਂ ਗਿਆ ਚਾਹੀ ਸੀ ਹਾਂਜੀ ਤੇ ਉਹ ਕਦੇ ਜਾਂਦੀ ਸੀ ਤੇ ਮੈਨੂੰ ਛੱਡਿਆ ਹੁੰਦਾ ਸੀ ਅੱਛਾ ਤੇ ਉਹਦੇ ਜਿਹੜੇ ਮੈਂ ਕਿ ਸੋਹਰੇ ਸੀ ਉਹ ਨਹੀਂ ਪਸੰਦ ਕਰਦੇ ਸੀ ਅੱਛਾ ਉਹ ਮੇਰੇ ਕੋਲੇ ਪ੍ਰਸ਼ਾਦ ਰੱਖ ਜਾਂਦੀ ਸੀ ਮੁੱਲੀ ਰੱਖ ਜਾਂਦੀ ਸੀ ਮੈਂ ਵੀ ਰੱਖੀ ਜਾ ਬਈ ਜਾਈ ਤੇ ਪੜ ਪੜ ਵੀ ਲੈਂਦੀ ਸੀ ਮੇਰੇ ਕੋਲੇ ਆ ਕੇ ਅੱਛਾ ਇੱਕ ਵਾਰੀ ਮੈਨੂੰ ਡਿਪਰੈਸ਼ਨ ਹੋ ਗਿਆ ਜੀ ਹਾਂਜੀ ਤੇ ਮੈਂ ਕਿਹਾ ਵੀ ਡਿਪਰੈਸ਼ਨ ਹੋ ਗਿਆ ਮੈਨੂੰ ਕਹਿੰਦੀ ਚਲੋ ਸੁਣੋ ਮੈਂ ਐਗਜ਼ੀਬਿਸ਼ਨ ਲੈ ਕੇ ਚੱਲਦੀ ਹਾਂ ਅੱਛਾ ਤੇ ਮੈਨੂੰ ਬ੍ਰਹਮਾ ਕੁਮਾਰੀ ਜੀ ਐਗਜ਼ੀਬਿਸ਼ਨ ਲੱਗੀ ਵੀ ਸੀ ਅੱਛਾ ਮੈਂ ਸਾਰੇ ਦੇਖਿਆ ਜੀ ਉੱਥੇ ਦੇਖ ਕੇ ਮੈਨੂੰ ਕੁਝ ਸਮਝ ਆਇਆ ਅੱਛਾ ਤੇ ਜਦੋਂ ਮੈਂ ਰਾਤ ਨੂੰ ਪਿਆ ਜੀ ਹੂੰ ਉਹ ਸਾਰਾ ਨਜ਼ਾਰਾ ਮੈਨੂੰ ਨਜ਼ਰ ਆਉਣ ਲੱਗ ਗਿਆ ਜੀ ਅੱਛਾ ਕਿਉਂਕਿ ਮੀਂਹ ਦਾ ਧਾਰਮਿਕ ਹਾਂਜੀ ਮੈਨੂੰ ਸਮਝ ਆਉਣ ਲੱਗ ਗਿਆ ਜੀ ਮੈਂ ਕਿਹਾ ਵੀ ਕੀ ਮੈਨੂੰ ਹੋਣ ਲੱਗ ਗਿਆ ਜੀ ਜਿਵੇਂ ਮੈਂ ਨਾ ਆਪਣੇ ਆਪ ਨੂੰ ਸੁਧਾਰਨ ਲੱਗ ਗਿਆ ਤੇ ਮੈਂ ਤੜ ਕੇ ਲੜਕੀ ਨੂੰ ਕਿਹਾ ਮੈਂ ਕਿਹਾ ਮੈਂ ਤਾਂ ਗਿਆਨ ਲੈਣਾ ਹੈ ਤੂੰ ਮੈਨੂੰ ਲੈਸਨ ਦਵਾ ਕੇ ਲਿਆ ਅੱਛਾ ਜੀ ਉਹ ਕਹਿੰਦੇ ਚਲੋ ਜੀ ਹਾਂ ਅਸੀਂ ਲੈਸਨ ਚਲੇ ਗਏ ਜੀ ਜੀ ਪਹਿਲਾ ਲੈਸਨ ਗਿਆ ਜੀ ਦੂਜਾ ਲੈਸਨ ਗਿਆ ਜੀ ਤੀਜੇ ਲੈਸਨ ਮੈਨੂੰ ਅਨੁਭਵ ਹੋਣ ਲੱਗ ਗਿਆ ਤੇ ਮੈਂ ਜਿਵੇਂ ਨਾ ਲੋਕਾਂ ਨੂੰ ਦਵਾਈ ਦਸਣ ਲੱਗ ਗਿਆ ਵੀ ਡਿਪਰੈਸ਼ਨ ਦੀ ਦਵਾਈ ਕੀ ਹੈ ਅੱਛਾ ਇਨਸੈਡ ਆਫ ਦੀ ਦਵਾਈ ਦਸਣ ਲੱਗ ਗਿਆ ਹੂੰ ਹੂੰ ਐਨੇ ਜੀ ਮੁੱਲ ਜਿ ਲਿਖਿਆ ਸੀ ਵੀ ਮੇਰੇ ਦੁਆਰੇ ਤੇ ਆ ਜਾਓ ਤੇ ਨਹੀਂ ਤਾਂ ਤੁਸੀਂ ਟੂ ਲੇਟ ਹੋ ਜਾਓਗੇ ਹਾਂਜੀ ਮੈਨੂੰ ਬੜੀ ਅਸ਼ਕੀ ਲੱਗੀ ਮਗਾ ਗਿਆਨ ਮੇਰਾ ਲੇਟ ਹੋ ਜਾਊਗਾ ਤੇ ਮੈਂ ਤਾਂ ਮਗਾ ਜੀ ਕਰ ਨਹੀਂ ਹੈ ਅਬ ਰੁਰ ਜਾਣਾ ਹੈ ਮਾਊਂਟ ਆਪ ਜਾਣਾ ਹੈ ਹਾਂਜੀ ਤੇ ਮੈਂ ਜੀ ਫਾਰਮ ਭਰਤਾ ਹੂੰ ਫਾਰਮ ਭਰ ਕੇ ਤੇ ਮੈਂ ਦੀਦੀ ਕਹਿੰਦੀ ਕਹਿੰਦੇ ਮਿੱਤਰ ਜੀ ਆ ਬ ਮਾਊਂਟ ਆ ਬੁਝਾ ਰਹੇ ਮਖਾ ਜੀ ਕਹਿੰਦੇ ਆਪਨੇ ਹਮਸਤੇ ਦਾ ਸਾਥ ਲਈ ਹੈ ਮਖਾ ਜੀ ਮੈਂ ਤਾਂ ਪਹਿਨੇ ਸਾਥ ਲਈ ਦੀ ਹੈ ਹੂੰ ਹੂੰ ਕਹਿੰਦੇ ਹਾਂ ਮੈਂ ਤਾਂ ਜ਼ਾਕ ਤੱਕ ਵਗੈਰ ਆ ਜਾ ਨਹੀਂ ਸਕਤੇ ਮਖਾ ਜੀ ਇੰਨੀ ਮੈਦਾਉਂ ਟਿਕ ਲੈ ਲਈ ਹਾਂਜੀ ਮਖਾ ਮੈਂ ਤਾਂ ਚਾਹੇ ਆਈ ਮੇ ਡਾਈ ਚਾਹੇ ਕੁਝ ਹੋ ਜਾਈ ਜਾ ਨਹੀਂ ਹੈ ਤੇ ਮੈਂ ਜਾਣਾ ਹੀ ਹੈ ਜੀ ਫਿਰ ਮੈਂ ਲੇਟ ਹੋ ਜਾਊਗਾ ਮਖਾ ਜੀ ਹਾਂਜੀ ਉਹ ਜੀ ਆਇਆ ਚਾਂਸ ਪਿਆ ਵੀ ਲੈਟਰ ਦਾ ਮੈਂ ਲੈ ਲੈ ਜਿਵੇਂ ਦੇ ਤੋਂ ਜੀ ਚੰਡੀਗੜ੍ਹ ਤੋਂ ਹੂੰ ਜਿੱਥੇ ਮੇਰੀ ਲੜਕੀ ਜਾਂਦੀ ਸੀ ਜੀ ਤੇ ਇੱਥੇ ਮੈਨੂੰ ਕੋਈ ਆਦੀ ਮਿਲੇ ਡਾਕਟਰ ਜਿਹੜੇ ਮਿੱਡਲ ਸਾਹਿਬ ਨੂੰ ਜਾਣਦਾ ਸੀ ਅੱਛਾ ਤੇ ਮਿੱਡਲ ਸਾਹਿਬ ਗਾਨੇ ਭੈ ਭਾਈ ਨੂੰ ਜਾਣਦੇ ਸੀ ਹਾਂਜੀ ਇਹਨਾਂ ਨੇ ਮੈਨੂੰ ਬੁਲਾ ਲਿਆ ਹਮ ਬਸ ਐ ਕਰਕੇ ਜੀ ਮੈਂ ਉਸੇ ਦਿਨੇ ਟਿਕ ਲੈ ਕੇ ਅਹਿਮਦਾਬਾਦ ਤੋਂ ਟੈਕਸੀ ਲਈ ਤੇ ਇੱਥੇ ਆ ਗਿਆ ਹਮ ਤੇ ਆ ਕੇ ਜੀ ਮੈਂ ਬਸ ਬਹਿ ਗਿਆ ਤੇ ਮੈਨੂੰ ਐ ਲੱਗ ਲੱਗੇ ਮੈਨੂੰ ਗਿਆਨ ਹੈ ਜੀ ਵੀ ਉਹਨਾਂ ਨੂੰ ਪੂਰਾ ਗਿਆਨ ਹੈ ਆਪਣੇ ਘਰ ਪਹੁੰਚ ਗਏ ਹਾਂ ਜੀ ਤੇ ਉਹ ਤੋਂ ਪਹਿਲਾਂ ਮੈਨੂੰ ਸੰਤ ਬਹੁਤ ਸਭ ਸੰਤ ਮੈਨੂੰ ਮਿਲਦੇ ਹੁੰਦੇ ਸੀ ਇਹ ਮੈਨੂੰ 100 ਰੁਪਏ ਫੜਾਉਂਦਾ ਸੀ ਉਹ ਮੈਨੂੰ 500 ਦੇ ਦਿੰਦੇ ਕਿਉਂਕਿ ਉਹ ਤੋਂ ਮੈਨੂੰ ਫਿਲਮਾਂ ਦੇ ਦੇਦੀ ਮੇਰੀਆਂ ਜੀ ਤੇ ਇੱਥੇ ਆ ਕੇ ਜਦੋਂ ਮੈਨੂੰ ਗਿਆਨ ਹੋਇਆ ਹਾਂ ਜੀ ਉਹ ਗਿਆਨ ਬਿਲਕੁਲ ਮੇਰੇ ਗਿਆਨ ਨਾਲ ਮਿਲਦਾ ਸੀ ਕੰਪਲੀਟਲੀ ਸਭ ਕੁਝ ਜਿਹਾ ਸਹੀ ਜਨਾ ਮੈਂ ਨਰਮ ਰਹਿਣਾ ਉਹ ਕਹਿੰਦੇ ਨਰਮ ਰਹੋ दयावान ਰਹਿਣਾ दयावान ਰਹੋ ਹੰਕਾਰ ਨਾ ਕਰੋ ਮੈਂ ਹੰਕਾਰ ਨਹੀਂ ਮਾ ਕਰਨਾ ਸਿੰਪਲ ਰਹਿਣਾ ਐ ਮੈਂ ਸਿੰਪਲ ਰਹਿਣਾ ਹਮੇਸ਼ਾ ਜੀ ਮੈਨੂੰ ਹਰੇ ਜੀ ਪਸੰਦ ਆਉਣ ਲੱਗ ਗਿਆ ਜੀ ਬਹੁਤ ਪਸੰਦ ਆਉਂਦੀ ਆਉਂਦੀ ਜੀ ਮੈਨੂੰ ਫਿਰ ਗਿਆਨ ਹੋ ਗਿਆ ਹੀ ਪੂਰਾ ਜੀ ਫਿਰ ਮੈਂ ਸੈਂਟਰੇ ਜਾਣ ਲੱਗ ਗਿਆ ਉੱਥੇ ਜਾ ਕੇ ਬੋਲਣ ਲੱਗ ਗਿਆ ਲੋਕਾਂ ਨੇ ਬਹੁਤ ਪਸੰਦ ਕੀਤਾ ਮੈਨੂੰ ਬੁਲਾਇਆ ਮੈਂ ਜਾਂਦਾ ਰਿਹਾ ਜੀ ਤੇ ਹੁਣ ਤੁਸੀਂ ਇਹਦੇ ਥਰੂ ਸੇਵਾ ਵੀ ਕਰ ਰਹੇ ਹੋ ਹੁਣ ਮੈਂ ਮਕਾਨ ਹੀ ਲੈ ਲਏ ਸੀ ਜੀ ਹਨ ਤੁਸੀਂ ਪਰਮਾਨੈਂਟ ਮਾਉਂਟ ਆਬੂ ਦੇ ਹੋਗੇ ਜੇ ਤੁਹਾਡੀ ਪਰਸਨਲ ਲਾਈਫ ਦੀ ਮੈਂ ਗੱਲ ਕਰਾਂ ਕਿ ਤੁਸੀਂ ਆਪਣੇ ਅੰਦਰ ਇਹੋ ਜੀ ਕਿਹੜੀ ਚੀਜ਼ ਜੋ ਤੁਹਾਡੀ ਛੁੱਟ ਨਹੀਂ ਰਹੀ ਸੀ ਗਲਤ ਆਦਤ ਜੋ ਤੁਸੀਂ ਖਾਣ ਪੀਣ ਦਾ ਆਪਣਾ ਅੱਛਾ ਕੀਤਾ ਹੀ ਇਹਦੇ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਭਾਈ ਸਾਹਿਬ ਜਿਵੇਂ ਗੁੱਸਾ ਹੁੰਦਾ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੋ ਸਾਡੇ ਨਾਲ ਜੁੜੀਆਂ ਹੁੰਦੀਆਂ ਸਾਨੂੰ ਪਤਾ ਵੀ ਨਹੀਂ ਚਲਦੀਆਂ ਇਹੋ ਜਿਹਾ ਕੋਈ ਵੱਡਾ ਬਦਲਾਵ ਤੁਸੀਂ ਆਪਣੇ ਅੰਦਰ ਬਦਲਾਵ ਇੱਕੋ ਕਾਰਨ ਸੀ ਜਿ ਕਿ ਮੈਂ ਅੱਲਾ ਫੁਰਮ ਕੋਈ ਨਹੀਂ ਕਰ ਸਕਦਾ ਸੀ ਜੀ ਅੱਛਾ ਅਨਲਾ ਫੁਰਕਮ ਕਰੀਦਾ ਮੈਂ ਨਾ ਡਰਦਾ ਰਿਹਾ ਜੀ ਉਹ ਜੇ ਅਨਲਾ ਫੁਰਕਮ ਨਾ ਕਰੋਗੇ ਤਾਂ ਤੁਸੀਂ ਜੇ ਵੀਜ਼ਾ ਲੈਣਾ ਹੈ ਤਾਂ ਤੁਸੀਂ ਜੇ ਮੈਂ ਤੁਹ ਵੀ ਲੈ ਗਿਆ ਰਾਜ ਤੇ ਉਹ ਕਹਿੰਦੇ ਫੀ ਨਾ ਹੋਵੇ ਮੈਂ ਤੁਹ ਵੀ ਛੱਡ ਦੀ ਜੋ ਕਹਿੰਦੇ ਵੀ ਕਿਸੇ ਕੋਲੇ ਇੰਡੀਅਨ ਕਰੰਸੀ ਨਾ ਹੋਵੇ ਤੇ ਮੇਰੇ ਕੋਲ ਜੀ ਇੰਡੀਅਨ ਕਰੰਸੀ ਮੈਂ ਜਿਹੜਾ ਉਸ ਵੀ ਪਰਉਂਦੇ ਸੀ ਉਹਨੂੰ 200 ਰੁਪਏ ਵੜਾਤਾ ਮੈਨੂੰ ਇਹ ਮਿਲ ਜਾਰ ਨਹੀਂ ਜੀ ਅੱਛਾ ਉਹ ਮੈਂ ਆਈ ਵਾਸ ਫੀਰਿੰਗ ਤੇ ਬਾਬੇ ਦਾ ਫਿਰ ਮੈਂ ਗਿਆਨ ਲੈ ਲਿਆ ਬਾਬਾ ਕਹਿੰਦਾ ਵੀ ਮੇਰੇ ਗਿਆਨ ਲੈ ਕੇ ਨਾ ਤੁਸੀਂ ਕੋਈ ਚੀਜ਼ ਅਨਲਫਨ ਨਾ ਕਰੋ ਹਾਂਜੀ ਔਰ ਕਿਸੇ ਨੂੰ ਦੁੱਖ ਨਾ ਦਿਓ ਜੀ ਔਰ ਦੁੱਖ ਦਾ ਕਾਰਨ ਨਾ ਬਣੋ ਜੀ ਔਰ ਝੂਠ ਨਾ ਬੋਲੋ ਹਮ ਹਮ ਠੱਗੀ ਨਾ ਮਾਰੋ ਹਮ ਚੋਰੀ ਨਾ ਕਰੋ ਜੀ ਔਰ ਹਾਜ਼ਰ ਰਹੋ ਔਰ ਸੰਤੁਸ਼ਟ ਰਹੋ ਹਮ ਨਰਮ ਰਹੋ ਜੀ ਸਿੰਪਲ ਰਹੋ ਸਾਰੇ ਮੇਰੇ ਕੋਲ ਬਿਲਕੁਲ ਬਹੁਤ ਚੰਗਾ ਜੀ ਅ ਲੁਥਰਾ ਜੀ ਜੇ ਤੁਹਾਡੀ ਆਪਾਂ ਗੱਲ ਕਰੀ ਕਿ ਤੁਹਾਡੀ ਜ਼ਿੰਦਗੀ ਚ ਇੱਕ ਤੁਹਾਨੂੰ ਇੱਕ ਨਵੀਂ ਪਛਾਣ ਮਿਲੀ ਹੈ ਬਾਬੇ ਨਾਲ ਜੁੜਨ ਨਾਲ ਬ੍ਰਹਮ ਕੁਮਾਰੀ ਨਾਲ ਜੁੜਨ ਨਾਲ ਔਰ ਤੁਸੀਂ ਹੁਣ ਇਹਦੇ ਥਰੂ ਸੇਵਾ ਵੀ ਕਰ ਰਹੇ ਹੋ ਤੇ ਤੁਸੀਂ ਆਪਣੇ ਅੰਦਰ ਕੀ ਬਦਲਾਵ ਦੇਖਿਆ ਆਪਣੇ ਅੰਦਰ ਬਦਲਾਵ ਜਿਹੜਾ ਦੇਖਿਆ ਸੀ ਆਪਣੇ ਡਿਪਰੈਸ਼ਨ ਨੂੰ ਨੇੜੇ ਨਹੀਂ ਲਗੜ ਦਿੰਦੇ ਇੱਕ ਗੱਡੀ ਜਿਹੜੀ ਚਲਦੀ ਹੁੰਦੀ ਹੈ ਨਾ ਸਿੱਧੀ ਜੀ ਉਹ ਟਰੈਕ ਤੇ ਚਲਦੀ ਹੋਵੇ ਤਾਂ ਬੜੀ ਚੰਗੀ ਲੱਗਦੀ ਹੈ ਹੂੰ ਜੇ ਹਲਕਾ ਜਿਹਾ ਵੀ ਅਲਾਈਨਮੈਂਟ ਕੀ ਦੀ ਟੇਢੀ ਹੋ ਜਾਏ ਨਾ ਤੇ ਉਹ ਜ਼ਮੀਨ ਤੇ ਆ ਜਾਂਦੀ ਹੈ ਇਸ ਕਰਕੇ ਬ੍ਰਹਮ ਕੁਮਾਰੀ ਜੀ ਅਸੀਂ ਗਿਆਨ ਸਿੱਖ ਕੇ ਆਪਣਾ ਯੋਗ ਬੈਠ ਕੇ ਸਾਰਾ ਜਿਵੇਂ ਜਿਵੇਂ ਅਸੀਂ ਸਾਰੀ ਟੈਕਨੀਕ ਚ ਬੈਠਦੇ ਆਂ ਜੀ ਇੱਕ ਬ੍ਰਹਮ ਕੁਮਾਰੀ ਦਾ ਸੈਂਟਰ ਦਾ ਗੇਟ ਦਾ ਐਂਟਰੀ ਵੀ ਕਰੋ ਨਾ ਤੁਸੀਂ ਤੇ ਉੱਥੇ ਪੋਜ਼ਿਟਿਵਿਟੀ ਸਟਾਰਟ ਹੋ ਜਾਂਦੀ ਤੁਸੀਂ ਐਂਟਰ ਕਰਦੇ ਜੀ ਜੀ ਬਾਕੀ ਤੁਸੀਂ ਭਾਵੇਂ ਪੁੱਛ ਵੀ ਨਾ ਕਰੋ ਐਂਟਰ ਕਰਦੇ ਬਹੁਤ ਕੁਝ ਤੁਹਾਨੂੰ ਗੇਨ ਮਿਲਦਾ ਜੀ ਮੈਂ ਵੀ ਫੀਲ ਕੀਤਾ ਤੇ ਪ੍ਰੈਕਟੀਕਲ ਮੈਂ ਹੈ ਦੇਖਦਾ ਵੀ ਮੈਂ ਜਿਹੜਾ ਵੀ ਡਿਪਰੈਸ਼ਨ ਜਾਂ ਕੋਈ ਕੋਈ ਮਾਇਆ ছায়ਾ ਨਾ ਜੀ ਮੈਂ ਆਪਣੇ ਨੇੜੇ ਲੱਗਣ ਨਹੀਂ ਦਿੰਦਾ ਸੇ ਗਲੇ ਔਰ ਹੁਣ ਜੀ ਮੈਂ ਅੱਜ ਅੱਗੇ ਫਿਊਚਰ ਦੀ ਗੱਲ ਕਰਾਂ ਕਿ ਤੁਸੀਂ ਆਪਣੇ ਆਪ ਨੂੰ ਹੁਣ ਕਿੱਥੇ ਦੇਖਦੇ ਹੋ ਇੱਕ ਤੁਹਾਨੂੰ ਪਛਾਣ ਮਿਲ ਗਈ ਏ ਔਰ ਮੈਨ ਲੱਗਦਾ ਹੈ ਕਿ ਤੁਸੀਂ ਆਪਣੀ ਨੌਕਰੀ ਵੀ ਹਲੇ ਨਹੀਂ ਛੱਡੀ ਏ ਉਹਦੇ ਨਾਲ ਨਾਲ ਤੁਸੀਂ ਸੇਵਾ ਕਰ ਰਹੇ ਹੋ ਤੇ ਤੁਸੀਂ ਹੋਰ ਇਹਦੇ ਥਰੂ ਆਪਣੇ ਕੰਮ ਦੇ ਥਰੂ ਹੋਰ ਕਿਹੜੀ-ਕਿਹੜੀ ਸੇਵਾਵਾਂ ਤੁਸੀਂ ਕਰਨਾ ਚਾਹੁੰਦੇ ਮੈਂ ਸੋਚਦਾ ਵੀ ਮੇਰੇ ਪ੍ਰਤੀ ਮੇਰੇ ਥਰੂ ਅਗਰ ਕਿਸੇ ਕਿਸੇ ਨੂੰ ਕੁਝ ਗਿਆਨ ਮਿਲਦਾ ਕਿਸੇ ਨੂੰ ਸਕੂਨ ਮਿਲਦਾ ਕੁਝ ਪਰਸੈਂਟ ਵੀ ਮਿਲਦਾ ਤੇ ਉਹਦੇ ਵਿੱਚ ਮੇਰੇ ਵੀ ਪੁੰਨੇ ਦੇ ਖਾਤੇ ਵਿੱਚ ਜੁੜਦਾ ਕਿਤੇ ਜੀ ਇਹਨਾਂ ਨਾਲ ਮੇਰੀ ਮੇਰੇ ਮਿੱਤਰ ਜੀ ਨਾਲ ਮੇਰੀ ਮੁਲਾਕਾਤ ਹੋਈ 33 ਸੈਕਟਰ ਚੰਡੀਗੜ੍ਹ ਹਮ ਹਮ ਤੇ ਇਹ ਕਾਫੀ ਦੇਰ ਤੋਂ ਨਾ ਪਿਕਚਰਾਂ ਤੋਂ ਲਿੰਕ ਤੋਂ ਲਿੰਕ ਤੋਂ ਬਾਹਰ ਸੀਗਾ ਹਾਂਜੀ ਤੇ ਮੇਰੀ ਕਵਿਤਾ ਕ੍ਰਿਸ਼ਨਾ ਮੁਰਤੀ ਜੀ ਨਾਲ ਡੂਡ ਸੌਂਗ ਦੀ ਗੱਲ ਚੱਲ ਰਹੀ ਸੀਗੀ ਹਮ ਹਮ ਵੈਸੇ ਤੇ ਬੋਲੀ ਬੋਲੀਵੁੱਡ ਸਿੰਗਰ ਦੇ ਆਸ਼ਾ ਭੋਸਲੇ ਕਵਿਤਾ ਕ੍ਰਿਸ਼ਨਾ ਮੁਰਤੀ ਹਲਕਾ ਜਾਗਨੀ ਸਾਧਨਾ ਸਰਕਮ 10 15 ਹੋਰ ਵੀ ਸਿੰਗਰ ਬੋਲੀਵੁੱਡ ਦੇ ਜਿਹੜਾ ਮੈਂ ਗਾਇਆ ਹੋਇਆ ਹੈ ਹਾਂਜੀ ਤੇ ਇਹ ਇਹਨਾਂ ਦਾ ਕੁਝ ਪਲੈਨਿੰਗ ਮੈਂ ਸੋਚ ਰਿਹਾ ਸੀ ਕਿ ਇਹਨਾਂ ਨੂੰ ਮੈਂ ਕਿਉਂ ਨਾ ਪੰਜਾਬ ਦੇ ਵਿੱਚ ਇੱਕ ਵਾਰੀ ਟੀਵੀ 'ਚ ਦੁਬਾਰਾ ਲੈ ਕੇ ਆਵਾਂ ਤੇ ਇਹਨਾਂ ਨਾਲ ਮੈਂ ਡਿਸਕਸ ਕੀਤਾ ਮੈਂ ਜੀ ਇਹਨਾਂ ਦੀ ਬੜੀ ਖਾਸੀਅਤ ਹੈ ਕਿ ਇਹਨਾਂ ਦੇ ਵੀ ਕਹਿੰਦੇ ਵੀ ਇਹਨਾਂ ਦੀ ਕਲਾਕਾਰੀ ਕਦੀ ਨਹੀਂ ਮਰਦੀ ਹੁੰਦੀ ਹੈ ਜੀ ਇਹਨਾਂ ਦੇ ਸ਼ੂਟਿੰਗ ਕਰਦੇ ਕਰਦੇ ਇੱਕ ਦੋ ਵਾਰੀ ਫ੍ਰੈਕਚਰ ਵੀ ਹੋਇਆ ਤੇ ਵਿੱਚ ਉਸ ਤੋਂ ਬਾਵਜੂਦ ਵੀ ਇਹਨਾਂ ਨੇ ਨੈਕਸਟ ਡੇ ਖੜੇ ਹੋ ਕੇ ਮੇਰੇ ਨਾਲ ਸ਼ੂਟ ਕੀਤਾ ਓਹੋ ਬਹੁਤ ਵੱਡੀ ਗੱਲ ਹੈ ਤੇ ਕਲਾਕਾਰੀ ਦੇ ਦੋ ਗਾਣੇ ਬਣਾਏ ਸੀ ਕਿ ਇੱਕ ਮੇਰੇ ਸਿਰ 'ਤੇ ਰੱਖ ਕੇ ਹੱਥ ਤੁਮਨੇ ਆਪਣੇ ਵਰਦਾਨੀ ਤੇ ਗੁਣੋ ਕੀ ਖਾਨ ਹੋ ਬਾਬਾ ਸ਼ਿਵ ਸ਼ਿਵ ਭਗਵਾਨ ਹੋ ਬਾਬਾ ਹਾਂਜੀ ਤੇ ਉਹ ਸ਼ੂਟਨਾ ਦੇ ਕਿਰਾਏ ਬਹੁਤ ਜਲੇ ਕਾਣ ਜੀ ਬਹੁਤ ਹਲੇ ਵੀ ਟੀਵੀ ਤੇ ਚਲਦੇ ਪੀਜ਼ੋ ਪੁਆਇੰਟ ਤੇ ਹਾਂਜੀ ਹਾਂਜੀ ਸਵੇਰੇ ਮੇਰਾ ਉੱਠ ਕੇ ਸਭ ਤੋਂ ਪਹਿਲਾ ਆ ਹੀ ਹੁੰਦਾ ਵੀ ਸਵੇਰੇ ਮੰਦਿਰ ਸਬ ਤੱਕ ਵੀ ਰਿਆਸ ਚੱਲਦਾ ਥਾ ਗੱਲੇ ਦੀ ਵੋਕਲ ਕੋਰਡ ਚ ਰਿਆਸ ਚੱਲਦਾ ਹੈ ਚਾਹ ਮੈਂ ਕਿਤੇ ਪ੍ਰੋਗਰਾਮ ਦਵਾ ਜਾਂ ਨਾ ਦਵਾ ਮੇਰੀ ਇਹ ਐਕਸਰਸਾਈਜ਼ ਚਲਦੀ ਚਲਦੀ ਹੈ ਹੂੰ ਹੂੰ ਹੁਣ ਪ੍ਰੋਗਰਾਮ ਮੈਂ ਬਾਹਰ ਦੇਨੇ ਕਿਉਂ ਸ਼ੁਰੂ ਕੀਤੇ ਇਹ ਇੱਕ ਵਾਰੀ ਬਾਬਾ ਦੇ ਵਿੱਚ ਮੁਰਲੀ ਦੇ ਵਿੱਚ ਬਾਬਾ ਨੇ ਕਿਹਾ ਜੀਗਾ ਵੀ ਦੇਸ਼ ਦਾ ਪਿੰਡ ਦਾ ਕੋਈ ਗਲੀ ਦਾ ਕੋਨਾ ਐਸਾ ਨਾ ਰਵੇ ਜਿੱਤੇ ਚ ਬਾਬਾ ਦੀ ਇੰਟਰੋਡਕਸ਼ਨ ਨਾ ਮਿਲੀ ਹੋਵੇ ਹੂੰ ਹੂੰ ਤੇ ਮੈਂ ਫਿਰ ਕਰੋਨਾ ਭਾਈ ਨਾਲ ਡਿਸਕਸ ਕੀਤਾ ਤੇ ਬਾਰੇ ਮੈਂ ਕਿਹਾ ਕੀ ਕੀਤਾ ਜਾਏ ਕਹਿੰਦਾ ਕਰੋ ਜੈਗੋਪਾਲ ਭਾਈ ਆਪकी ਐਲਬਮਸ ਤਾਂ ਕਾਫੀ ਚਲਤੀਆਂ ਹੂੰ ਤਾਂ ਆਪੇ ਕੰਮ ਕਰੋ ਆਪ ਲਾਈਵ ਸ਼ੁਰੂ ਕਰੋ ਹੂੰ ਹੂੰ ਤਾਂ ਲਾਈਵ ਸ਼ੁਰੂ ਕਰਤੇ ਆਪਾਂ ਲਾਈਵ ਸ਼ੁਰੂ ਕਰਦੇ ਸੀ ਫਰੀ ਸੇਵਾ ਕਰਦੇ ਆ ਦੀ ਹਾਂ ਜੀ ਇਹ ਮੇਰ ਮਿੱਤਰ ਜੀ ਵੀਰ ਮੈਂ ਕਿੱਥੇ ਜਾਣੇ ਕਈ ਵਾਰੀ ਸਟੇਜ ਤੇ ਕਈ ਵਾਰੀ ਡਾਂਸ ਵੀ ਕਰਦੇ ਅਸੀਂ ਮਤਲਬ ਦੋ ਵੱਡੇ ਕਲਾਕਾਰ ਉਹਨਾਂ ਇੱਕ ਡਿਫਰੈਂਟ ਫੀਲਡ ਚੋਂ ਨਿਕਲ ਕੇ ਔਰ एकदम ਸੇਵਾ ਚ ਲੱਗ ਗਏ ਨੇ ਇਹ ਬਹੁਤ ਵੱਡੀ ਗੱਲ ਹੈ ਜਿਵੇਂ ਦੋਵਾਂ ਸੈਕਟਰਸ ਨੂੰ ਦੇਖਾਂ आज दा जो सनैरियो मैं देखनी हूँ मेन मित्र जी कि अजक जो कलाकारी वाली लाइन होंगी है भावेंगिंग हो एक्टिंग की लाइन हो थोड़ी ग्लैमर वाली लाइन होंगी है ये बारी रूप से इंसान जो थोड़ा है वो अपने आप में एकदम अपडेट रखना पैंता है और जिथे तुम हम जुड़ गए हो वह है अंदर की गल इना दोवें की डिफरेंस देखते दे हो कि अजक जो कलाकार गा रहे हैं जो एक्टिंग आ रही ने जो मूवीज़ आ रही ने ਉਹਨਾਂ ਨੂੰ ਜੇ ਆਪਾਂ ਆਧਿਆਤਮਿਕ ਤਨਲ ਜੋੜ ਕੇ ਦੇਖੀਏ ਜੇ ਅ ਸੋਚੀਏ ਕਿ A ਲਾਈਨ ਔਰ A ਲਾਈਨ ਚ ਕੀ ਫਰਕ ਹੈ ਉਹ ਫਰਕ ਹੈ ਇਹ ਵੀ ਐਕਚੁਅਲੀ ਜਿਹੜੇ ਲੋਕ ਐਕਟਰ ਬਣਦੇ ਆ ਨਾ ਉਹ 70% ਐਕਟਰ ਬਣਦੇ ਹੁੰਦੇ ਜੇ ਫਸ਼ ਕਰੋ 30% ਉਹ ਆਪਦੀ ਸ਼ਾਨ ਨੂੰ ਵਧਾਈ ਰੱਖਦੇ ਜੀ ਉਹ ਜਦੋਂ ਸਜਣਾ ਜਾਂ ਡਾਇਲੋਗ ਬੋਲਨੇ ਬਾਹਰ ਗੱਲ ਕਰਨੀ ਤੇ ਮੈਨੂੰ ਪਰਮਾਤਮਾ ਨੇ ਇਹ ਫੀਲ ਕੀਤਾ ਵੀ ਯਾਰ ਪਰਫੈਕਟ ਵੀ ਮੈਂ ਆਪਦੇ ਡਾਇਲੋਗ ਆਪੇ ਲਿਖਦੇ ਆ ਖਾਰੀਆਂ ਫਿਲਮਾਂ ਇੱਕ ਦੋ ਫਿਲਮਾਂ ਬਿਗੈਰ ਨਾ ਤਕਰੀਬਨ 90% ਮੈਂ ਆਪੇ ਡਾਇਲੌਗ ਲਿਖੇ ਕੰਪਲੀਟਲੀ ਮਾਪੇ ਡਾਇਲੌਗ ਲਿਖਦੇ ਲੋਕ ਸਮਝੀਏ ਕਿ ਇਹ ਡਾਇਲੌਗ ਤਾਂ ਲਿਖ ਕੇ ਮਿਲਿਆ ਨਹੀਂ ਯਾਰ ਮੈਂ ਹਰੇਕ ਚੀਜ਼ੇ ਮੈਂ ਆਹ ਕਈ ਕਹਿੰਦਾ ਵੀ ਤੂੰ ਇਹ ਇਹ ਗਾਣਾ ਗਾ ਕੇ ਉਹਨੇ ਨਾ ਆਵਾਜ਼ ਕਿਵੇਂ ਉਹਦੀ ਹੋਈ ਹੈ ਤੇ ਮੈਂ ਆ ਜਾਂਦੀ ਹੈ ਇਸ ਵਾਸਤੇ ਮੈਨੂੰ ਉਹ ਲੋੜ ਪਈ ਨਹੀਂ ਵੀ ਉਹ ਉਹ ਦਿਖਾਉਂਦੀ ਵੀ ਮੈਂ ਇਹ ਐਕਟਰ ਬਣ ਦਿਖਾਵਾਂ ਜਾਂ ਇਹ ਐਕਟਰ ਸ਼ੋ ਕਰਾਂ ਕਿਉਂਕਿ ਜਿਹੜਾ ਫਿਲਮ ਲੈਣ ਬਿਜ਼ਨਸ ਨਾ ਇਹ ਸ਼ੋ ਬਿਜ਼ਨਸ ਬਹੁਤ ਹੈ ਹੂੰ ਮੈਂ ਉਹੀ ਕਹ ਰਹੀ ਆ ਵੀ ਦਿਖਾਵੇ ਦਾ ਕੋਈ ਨੂੰ ਨਾ ਪਤਾ ਹੈ ਲੜਕੀਆਂ ਨੂੰ ਤੇ ਲੜਕੇ ਨੂੰ ਵੀ ਪਤਾ ਹੈ ਵੀ 쇼 ਨਾਲ ਵੀ ਡਰਾਮੇ ਵਾਲੇ ਨਾਲ ਹੀ پیسے ਮੰਗਦੇ ਆ ਉਹ ਫਾਇਗਰ ਕੀਮਤ ਹੈ 15000 ਰੁਪਿਆ ਉਹ ਮੰਗਦੇ 75000 ਰੁਪਿਆ ਬਜ਼ੁਰਗ ਜੀ ਦੀ ਮਰਜ਼ੀ ਅੜੂਗਾ ਕੀ ਪਹਿਲਾਂ ਜੀ ਜੀ ਮੈਂ ਅਗਰ ਮੇਰੀ ਕੀਮਤ 50 ਰੁਪਏ ਹਜ਼ਾਰ ਸੀ ਤਾਂ ਮੈਂ ਮੰਗੀ ਬਰਤੀ ਧਰਮ ਕਰਨ ਆਇਆ ਗਰੀਬ ਆਦਮੀ ਹੈ ਪੰਜਾਬੀ ਆਦਮੀ ਹੈ ਆਈ ਮਸਟੇਕलेस ਅਮਾਉਂਟ ਕੀ ਵਰਬੰਦ ਹੈ ਹਾਂਜੀ ਹਾਂਜੀ ਤੇ ਸਾਰੇ ਕਹਿੰਦੇ ਨੇ ਯਾਰ ਵੈਰੀ ਗੁੱਡ ਬਈ ਤੂੰ ਬਹੁਤ ਸੰਗੀਆਂ ਲਗੀ ਦੀ ਜਿਵੇਂ ਤੇਰੀ ਸੇਵਾ ਦੀ ਗੱਲ ਕਰਾਂ ਕਿ ਹੁਣ ਤੁਸੀਂ ਆਪਣੀ ਐਕਟਿੰਗ ਦੇ ਥਰੂ ਅ ਕਿਵੇਂ ਤੁਸੀਂ ਸੋਸ਼ਲ ਵਰਕ ਕਰ ਰਹੇ ਹੋ ਜਾਂ ਕਿਵੇਂ ਤੁਸੀਂ ਸੇਵਾ ਕਰ ਰਹੇ ਹੋ ਲੋਕਾਂ ਦੀ ਜਿੱਦੀ ਮੈਂ ਇਹ ਦੱਸਣਾ ਹੈ ਵੀ ਇਹ ਐਕਚੁਅਲੀ ਪ੍ਰਮਾਤਮਾ ਦਾ ਸੱਚਾ ਗਿਆਨ ਇੱਥੇ ਹੈ ਹੂੰ 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 ਹੋਰ ਇਹੋ ਜਿਹੇ ਗਿਆਨ ਕਿਤੇ ਮਿਲ ਨਹੀਂ ਸਕਦਾ ਕਿਸੇ ਕਿਸੇ ਐਸੋਸੀਏਸ਼ਨ ਨਹੀਂ ਮਿਲ ਸਕਦਾ ਕਿਤੇ ਨਹੀਂ ਮਿਲ ਸਕਦਾ ਔਰ ਨਾ ਹੀ ਦੁਨੀਆ ਜੇ ਤੁਸੀਂ ਇਹ ਅਨੁਭਵ ਕੀਤਾ ਹੈ ਹਾਂ ਇਹ ਅਨੁਭਵ ਕੀਤਾ ਹੈ ਮੈਂ ਕੰਪਲੀਟਲੀ ਬਿਲਕੁਲ ਚਲੋ ਇਹ ਅਨੁਭਵ ਤੁਹਾਡੇ ਨਾਲ ਹੈ ਔਰ ਹੋਰ ਵੀ ਲੋਕ ਮਾਰੇ ਜਿਵੇਂ ਮਨਮatri ਚਲਦਾ ਸੀ ਤੇ ਜੀ ਨਾ ਪਰਮਤ ਇਹ ਸ਼੍ਰੀਮਤੀ ਚੱਲੂਗੀ ਪਰਮਾਤ ਜੀ ਜੀ ਉਹ ਕਹਿੰਦਾ ਮੇਰੀ ਮਤ ਨੂੰ ਤੁਸੀਂ ਛੇੜ ਨਹੀਂ ਸਕਦੇ ਜੀ ਬਿਲਕੁਲ ਲੁਥਰਾ ਜੀ ਜੇ ਤੁਹਾਡੀ ਗੱਲ ਕਰੀ ਆਪਾਂ ਤੇ ਤੁਸੀਂ ਆਪਣੀ ਸਿੰਗਿੰਗ ਦੇ ਥਰੂ ਅੱਜ ਦੇ ਨੌਜਵਾਨਾਂ ਨੂੰ ਜਾਂ ਜੋ ਕਲਾਕਾਰੀ ਨਾਲ ਜੁੜੇ ਹੋਏ ਨੇ ਔਰ ਜੋ ਨਵੇਂ-ਨਵੇਂ ਕਲਾਕਾਰ ਆ ਰਹੇ ਨੇ ਜੋ ਸਿੰਗਿੰਗ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਸਿੱਖਣਾ ਚਾਹੀਦਾ ਪ੍ਰੋਪਰ ਸਿੱਖ ਕੇ ਹਮਮ ਅਗਰ ਪ੍ਰੋਪਰ ਸਿੱਖ ਕੇ ਅਗਰ ਕੋਈ ਐਲਬਮ ਵਗੈਰਾ ਰਿਲੀਜ਼ ਕਰ ਦੇ ਤੇ ਉਹਨਾਂ ਨੂੰ ਵੀ ਖੁਦ ਨੂੰ ਤਸੱਲੀ ਮਿਲੇਗੀ ਅਦਰਵਾਈ ਉਹ ਆਟੋ ਟਿਊਨਰ ਤੇ ਹੈ ਹੀ ਨਹੀਂ ਜਿਵੇਂ ਮਰਜ਼ੀ ਉਹ ਅਪਡੇਟ ਕਰ ਲਓ ਤੁਸੀਂ ਹੈ ਠੀਕ ਹੈ ਦੇਖੋ ਗਾਣਾ ਗਾਇਆ ਜਾ ਸਕਦਾ ਹੈ ਉਹ ਕੰਪਿਊਟਰ ਠੀਕ ਕਰ ਦੇਗਾ ਆਊਟ ਆਫ ਬੀਟ ਜਾ ਰਹੇ ਤੁਸੀਂ ਕੰਪਿਊਟਰ ਠੀਕ ਕਰ ਦੇਗਾ ਪਰ ਜਿਹੜੇ ਅੰਦਰ ਦਿਲ ਦੀ ਆਵਾਜ਼ ਤੁਹਾਡੀ ਫੀਲਿੰਗ ਹੈ ਉਹ ਕੰਪਿਊਟਰ ਕਦੀ ਨਹੀਂ ਲੈ ਕੇ ਆਏਗਾ ਇਹ ਫੀਲਿੰਗ ਪਹਿਲੇ ਸਭ ਤੋਂ ਚੱਲ ਪਹਿਲੇ ਚਾਹੀਦੀ ਹੈ ਤੁਸੀਂ ਐਸਾ ਅਧਿਆਤਮਿਕਤ ਨਾਲ ਜੁੜੇ ਹੋ ਔਰ ਬਹੁਤ ਅੱਛੀ ਸੇਵਾ ਕਰ ਰਹੇ ਹੋ ਮੇਰੀ ਵੀ ਜੋ ਗੁੱਡ ਵਿਸ਼ੇਸ ਨੇ ਉਹ ਤੁਹਾਡੇ ਦੋਆ ਨਾਲ ਨੇ ਮੈਂ ਚਾਹਾਂਗੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਜੋ ਐਂਡਿੰਗ ਹੈ ਉਹ ਤੁਸੀਂ ਇੱਕ ਮਧੁਰ ਡਿਵਾਈਨ Song ਨਾਲ ਸੁਭਾ ਸੁਭਾ ਉਠੋ कहते कहते ओ मेरे बाबा नमस्ते नमस्ते सुबह सुबह उठो कहते कहते ओ मेरे बाबा नमस्ते नमस्ते प्यारे से कहो मुस्कुराते हंसते हंसते ओ मेरे बाबा नमस्ते नमस्ते ओ शिव बाबा नमस्ते नमस्ते चलो अश्विनी नाल गाला गाला बा हां जी <laughs> ਅੱਜ ਦੀ ਪੂਰੀ ਗੱਲਬਾਤ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਓਮ ਸ਼ਾਂਤੀ ਓਬਸਰੂਲੀ ਦੋਸਤੋ ਅੱਜ ਦਾ ਐਪੀਸੋਡ ਜੋ ਲਿਆ ਉਹ ਬਹੁਤ ਹੀ ਪੋਜ਼ਿਟਿਵ ਰਿਹਾ ਹਾਂ ਔਰ ਕਿਵੇਂ ਇੱਕ ਕਲਾ ਜੋ ਹੁੰਦੀ ਹੈ ਸਾਡੇ ਅੰਦਰ ਉਹਨੂੰ ਰੱਬ ਪਛਾਣਦਾ ਹੈ ਔਰ ਬਾਹਰ ਲੈ ਕੇ ਆਂਦਾ ਹੈ ਬਹੁਤ ਵਾਰ ਸਾਨੂੰ ਹੀ ਪਤਾ ਨਹੀਂ ਹੁੰਦਾ ਕਿ ਅਸੀਂ ਕਿਹਰੇ ਰਸਤੇ ਤੇ ਚੱਲ ਰਹੇ ਹਾਂ ਪਰ ਉੱਪਰ ਵਾਲੀ ਦੀ ਜੀ ਉਂਗਲੀ ਫੜ ਲੈਨੇ ਆ ਤੇ ਰਸਤੇ ਦੀ ਚਿੰਤਾ ਹੀ ਨਹੀਂ ਕਰਨੀ ਪੈਂਦੀ ਉਹ ਆਪਣੇ ਆਪ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ ਫਿਰ ਮਿਲਾਂਗੇ ਅਗਲੀ ਖੜੀਚ ਓਮ ਸ਼ਾਂਤੀ अपने सुझाव देने वधेरे जानकारी संपर्क कर सकते हो कॉलीवुड स्टूडियो शांतिवंत मोबाइल नंबर अस्सी चौरानवे कानवे चौंती सतासी ईमेल पंजाबी डॉट जी डब्ल्यू एस एट जीमेल डॉट कॉम